ਇਹ ਮਾਤਾ ਜੀ 70-75 ਤੋਂ ਉੱਪਰ ਦੀ ਉਮਰ ਦੇ ਆ, ਪਰ ਅੱਜ ਮਨਰੇਗਾ ਦੀ ਦਿਹਾੜੀ ਕਰ ਰਹੇ ਕਿਉਂਕਿ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ, ਕਮਾਈ ਕੋਈ ਤੇ ਬਾਦੇ ਫਿਰ ਗੁਜ਼ਾਰਾ ਹੋ ਜਾਂਦਾ, ਇਹਦੇ ਨਾਲ ਪੈਸੇ ਪੂਏ ਮਿਲ ਜਾਂਦੇ ਆ, ਕੋਈ ਪਿਲਸਾਂ ਦੇ ਕੁਛ ਇਹ ਲੈ ਜਾਏ ਜਿਆਦੀ ਨਹੀਂ, ਆਪਾਂ ਮਤ ਛਾ ਗਏ, ਆਪਾਂ ਕਿਹੜਾ ਗੰਦ ਪਿਲ ਖਾਣਾ, ਅੱਛਾ ਅੱਛਾ, ਮੀਟ ਨਹੀਂ ਆਂਡਾ ਨਹੀਂ, ਤੇ ਰੋਟੀ ਕਮਾ ਕੇ ਚਾਹ ਹੀ ਬਾਪੂ ਜੁੜਿਆ ਬੈਠਾ, 5-4 ਸਾਲ ਹੋ ਗਏ ਆ ਬਾਪੂ ਜੁੜਿਆ ਬੈਠਾ, ਹਾਂਜੀ, ਤੇ ਗੁੱਡੀ ਹਿੱਤੀਆਂ 40 ਸਾਲਾਂ ਦੀ ਮੁੱਕ ਗਈ ਹੈ, ਕੱਲ ਥੋੜੇ ਦਿਨ ਹੋ ਗਏ ਆ ਗੁੱਡੀ ਮੁੱਕੀ, ਹਾਂਜੀ, ਤੇ ਮੈਨੂੰ ਕੰਮ ਕਰਕੇ ਪਤਾ ਕਰਕੇ ਬੁੱਢੇ ਦੀ ਦੁਆਰਾ, ਤੁਹਾਡੀ ਉਮਰ ਕਿੰਨੀ ਹੋ ਗਈ? ਮੇਰੀ ਪਤਾ 17 ਸਾਲਾਂ ਤੋਂ ਜ਼ਿਆਦੀ ਹੈ, 17 ਸਾਲਾਂ, ਹਾਂਜੀ, ਇੰਨੀ ਠੰਡ ਦੇ ਵਿੱਚ ਲੋਕ ਤਾਂ ਰਜਾਈਆਂ 'ਚ ਬੈਠੇ ਨੇ, ਤੁਸੀਂ ਇੱਥੇ ਕੰਮ ਕਰ ਰਹੇ ਹੋ? ਮਾਰੀ ਤੇ ਜੇ ਭੁੱਖ ਹੋਵੇ ਤਾਂ ਆਪੇ ਤੁਰਨਾ ਪੈਂਦਾ, ਭੁੱਖ ਨਹੀਂ ਤੁਰਦੇ ਆ, ਤੇ ਜੇ ਰੋਟੀ ਘਰੋਂ ਮਿਲੇ ਆਪਾਂ ਕਦੀ ਵੀ ਨਾ ਆਈਏ, ਘਰੋਂ ਰੋਟੀ ਨਹੀਂ ਮਿਲਦੀ, ਕੀ ਮਤਲਬ? ਉਹ ਵੀ ਮਤਲਬ ਕਮਾ ਕੇ ਹੀ ਖਾਣੀ ਆਪਾਂ, ਕਮਾ ਕੇ ਖਾਣੀ, ਹਾਂ, ਅੱਛਾ ਅੱਛਾ, ਵੀ ਮਿਲਦਾ ਸਹੀ ਦੇ ਘਰੋਂ ਸੈਂਦਾ ਹੋਵੇ ਤਾਂ ਬੰਦਾ ਨਾ ਤਰੇ, ਮੁੰਡੇ ਆਪ ਨਸ਼ਾ ਕਰੀ ਜਾਂਦੇ ਤੇ ਬਜ਼ੁਰਗ ਮਾਤਾਵਾਂ ਨੂੰ ਕੰਮ ਕਰਨ ਵਾਸਤੇ ਘਲਾ ਦਿੰਦੇ ਆ, ਤੇ ਸ਼ਾਇਦ ਇਦਾਂ ਦੀਆਂ ਵੀ ਕਹਾਣੀਆਂ ਹੋਣਗੀਆਂ ਇਹਨਾਂ ਦੀਆਂ, ਵੀ ਜਿਹੜੇ ਇਥੋਂ ਕਮਾ ਕੇ ਖਾੜਦੀਆਂ ਨੇ ਉਹ ਵੀ ਨਸ਼ੇੜੀ ਪੁੱਤ ਜਿਹੜਾ ਉਹ ਪੱਲੇ ਨਾਲੋਂ ਖੋਲ ਕੇ ਲੈ ਜਾਂਦਾ, ਆਪਦਾ ਹੀ ਰੋਟੀ ਆਪਦੀ ਕਮਾ ਕੇ ਆਪੇ ਖਾਣੀ ਹੈ। ਕਿਸ ਤਰ੍ਹਾਂ ਦਾ ਨਸ਼ਾ ਕਰਦਾ? ਹਾਂਜੀ, ਗੋਲੀ ਗੱਟਾ ਸ਼ਰਾਬ ਪਿਆਲਾ ਸਾਰਾ ਹੀ ਕਰਦਾ। ਤੁਹਾਡਾ ਘਰ ਵਾਲਾ? ਨਹੀਂ, ਮੁੰਡਾ ਘਰ ਵਾਲਾ ਪੂਰਾ, ਹਾਂਜੀ, ਮੁੰਡਾ ਨਸ਼ਾ ਕਰਦਾ, ਹਾਂਜੀ, ਤਾਂ ਮਰੇ ਕਈ ਕੰਮ ਕਰਦੇ, ਹਾਂਜੀ, ਕਦੀ ਸਰਕਾਰ ਕੋਲ ਕੋਈ ਪੁਲਿਸ ਵਾਲਿਆਂ ਨੂੰ ਦੱਸਿਆ ਨਹੀਂ ਤੁਸੀਂ ਮੇਰਾ ਬੱਚਾ ਨਸ਼ਾ ਕਰ? ਜੇ ਨਾ ਵੀਰ ਜੀ ਸਾਡੇ ਕੋਲ ਕੰਮ ਹੋਵੇ ਤਾਂ ਅਸੀਂ ਉਹ ਵਿਕੇ ਖਾ ਸਕਦੇ ਹਾਂ, ਹਾਂਜੀ, ਹੁਣ ਕੰਮ ਜੋਗੇ ਤਾਂ ਅਸੀਂ ਨਹੀਂ ਆ, ਤੇ ਚੱਲ ਸਾਨੂੰ 1,000 ਰੁਪਇਆ ਪਾਈ ਜਾਣਾ, ਅਸੀਂ ਆਪਦਾ ਵਿਕੇ ਖਾ ਸਕਦੇ। ਖੁਦ ਨੇ ਕੰਮ ਕਰਦਾ ਮੁੰਡਾ, ਨਸ਼ਾ ਕਰਦਾ ਵਾ, ਤੇ ਦੋ ਬੱਚੇ ਪੜ੍ਹਾਈ ਲਿਖਾਈ ਦੇ ਖਰਚਾ ਤੇ ਇਸ ਬਹੁਤ ਤੰਗ ਆ। ਤੁਸੀਂ ਜ਼ਿਮੀਂਦਾਰ ਹੋ? ਹਾਂਜੀ। ਪੈਲੀ ਪੂਲੀ ਹੈ ਨਹੀਂ ਤੁਹਾਡੀ? ਨਹੀਂ, ਇਹਨਾਂ ਦੀ ਪੈਲੀ ਨਹੀਂ ਹੈਗੀ। ਪੈਲੀ ਕਿੱਧਰ ਗਈ? ਥੋੜਾ ਬਹੁਤ ਹੈਗਾ ਸੀ, ਵੇਚ ਕੇ ਹੀ ਕੋਠੇ ਕਾਟੇ ਪਾ ਲਿਆ ਸੀ, ਵੇਚ ਕੇ ਕੋਠੇ ਪਾ ਲਿਆ। ਹਾਂਜੀ। ਸੋ ਸੰਗਤ ਜੀ, ਮੈਂ ਇੱਥੋਂ ਦੀ ਲੰਘ ਰਿਹਾ ਸੀ ਤੇ ਕਾਫੀ ਬਜ਼ੁਰਗ ਮਾਤਾਵਾਂ ਇੱਥੇ ਜਿਹੜੀਆਂ ਮਨਰੇਗਾ ਤਹਿਤ ਕੰਮ ਕਰ ਰਹੀਆਂ ਨੇ, ਇੱਕ ਮਾਤਾ ਮੈਨੂੰ ਨਜ਼ਰ ਆਏ ਤੇ ਮੈਂ ਕਿਹਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ। ਮਾਤਾ ਜੀ ਕੀ ਨਾਮ ਤੁਹਾਡਾ? ਵੀਰੋ। ਵੀਰੋ ਵੀਰੋ, ਪਰਿਵਾਰ ਵਿੱਚ ਕੌਣ ਕੌਣ ਆ? ਪਰਿਵਾਰ ਚ ਮੈਂ ਇੱਕ ਬੁੱਢਾ ਇੱਥੇ ਕਮਾਏ। ਅੱਛਾ, ਤੁਹਾਡੇ ਬੱਚੇ ਬੁੱਚੇ ਕਿੱਧਰ ਗਏ? ਬੱਚੇ ਮਰ ਗਏ। ਕਿੰਨੇ ਬੱਚੇ ਸੀ ਤੁਹਾਡੇ? ਤਿੰਨੇ ਕਾਕੇ, ਤਿੰਨੇ ਮੁੱਕ ਗਏ। ਕਿੰਨੀ ਉਮਰ ਹੋ ਗਈ ਤੁਹਾਡੀ? ਹੋ ਗਈ 60 ਸਾਲ ਦੀ। ਪੈਨਸ਼ਨ ਮਿਲਦੀ ਸਰਕਾਰ ਨੂੰ? ਹਾਂ, ਮਿਲਦੀ। ਆਟਾ ਜਿਹੜੇ ਉਹ ਆਉਂਦੀ ਕਣਕ? ਉਹ ਵੀ ਨਹੀਂ ਮਿਲਦੀ। ਕਣਕ ਵੀ ਨਹੀਂ ਮਿਲਦੀ? ਕਣਕ ਮਿਲਦੀ। ਕਣਕ ਮਿਲਦੀ ਹੈ? ਹਾਂਜੀ। ਤੇ ਇੱਕ ਘਰ ਬਜ਼ੁਰਗ ਆ? ਹਾਂ। ਤੇ ਦੋਵੇਂ ਜੀ ਰਹਿੰਦੇ ਹੋ? ਦੋਵੇਂ ਜੀ। ਤੁਹਾਡੀ ਉਮਰ ਕਿੰਨੀ ਆਖਿਆ ਜੀ? ਉਮਰ 60 ਸਾਲ। ਨਹੀਂ, ਜ਼ਿਆਦਾ ਹੋ ਗਈ, 70-75 ਦੇ ਲਗਭਗ ਸਾਹ ਸੰਗ ਜੀ। ਤੇ ਮਾਤਾ ਜੀ 70-75 ਤੋਂ ਉੱਪਰ ਦੀ ਉਮਰ ਦੇ ਆ, ਪਰ ਅੱਜ ਮਨਰੇਗਾ ਦੀ ਦਿਹਾੜੀ ਕਰ ਰਹੇ ਕਿਉਂਕਿ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ, ਕਮਾਈ ਕੋਈ, ਤੇ ਬਾਦੇ ਫਿਰ ਗੁਜ਼ਾਰਾ ਹੋ ਜਾਂਦਾ, ਇਹਦੇ ਨਾਲ ਪੈਸੇ ਪੂਏ ਮਿਲ ਜਾਂਦੇ ਆ, ਕੋਈ ਪਿਲਸਾਂ ਦੇ ਕੁਛ ਇਹ ਲੈ ਜਾਏ ਇਤਰੋ ਮਿਲਦੀ ਜਾਂਦੀ। ਅੱਛਾ ਅੱਛਾ, ਉਹਨੇ ਕਈ ਚੱਲ ਜਿਆਦੀ ਨਹੀਂ, ਆਪਾਂ ਮਤ ਛਾ ਗਏ, ਆਪਾਂ ਕਿਹੜਾ ਗੰਦ ਪਿਲ ਖਾਣਾ, ਅੱਛਾ ਅੱਛਾ, ਮੀਟ ਨਹੀਂ ਆਂਡਾ ਨਹੀਂ, ਤੇ ਰੋਟੀ ਕਮਾ ਕੇ ਚਾਹ ਹੀ ਆਪਦਾ ਰੋਟੀ ਆਪਦੀ ਕਮਾ ਕੇ ਆਪੇ ਖਾਣੀ। ਕਿਸ ਤਰ੍ਹਾਂ ਦਾ ਨਸ਼ਾ ਕਰਦਾ? ਹਾਂਜੀ, ਗੋਲੀ ਗੱਟਾ ਸ਼ਰਾਬ ਪਿਆਲਾ ਸਾਰਾ ਹੀ ਕਰਦਾ। ਤੁਹਾਡਾ ਘਰ ਵਾਲਾ? ਨਹੀਂ, ਮੁੰਡਾ ਘਰ ਵਾਲਾ ਪੂਰਾ, ਹਾਂਜੀ, ਮੁੰਡਾ ਨਸ਼ਾ ਕਰਦਾ, ਹਾਂਜੀ, ਤਾਂ ਮਰ ਰਿਹਾ ਕਈ ਕੰਮ ਕਰਦੇ? ਹਾਂਜੀ, ਇੱਕੋ ਹੀ ਆ ਕਾਕਾ। ਤੁਹਾਡਾ ਵੀ? ਹਾਂਜੀ, ਮੇਰਾ ਵੀ ਕਾਕਾ ਜਿਹੜਾ ਨਿੱਕਾ ਉਹ ਨਸ਼ਾ ਕਰਦਾ ਵਾ। ਤੁਹਾਡਾ ਕੀ ਆਪਣਾ ਨਾਂ ਕੀ ਤੁਹਾਡਾ? ਜਸਵੀਰ ਕੌਰ। ਇਧਰ ਨੂੰ ਕਰੋ ਕਿਹਾ? ਜਸਵੀਰ ਕੌਰ। ਜਸਵੀਰ ਕੌਰ, ਹਾਂਜੀ, ਤੇ ਜਸਵੀਰ ਕੌਰ ਤੁਹਾਡੇ ਕਿੰਨੇ ਬੱਚੇ? ਦੋ ਬੱਚੇ ਤੇ ਇੱਕ ਗੁੜਗਾ ਵਾ, ਗੁੜਗਾ ਵਿਆਹ ਤੀ ਆ, ਗੁੜਿਆ ਵਿਆਹ ਤੇ ਮੁੰਡਾ ਵੱਡਾ।
ਸ਼ਰਾਬ ਸ਼ਰੂਬ ਪੀਂਦਾ ਮੇਰੀ ਉਮਰ ਵਾਵਾ ਹੀ ਹੋ ਗਈ ਹੋਣੀ 50 ਸਾਲ ਹੋ ਗਈ ਤੇ ਫਿਰ ਗੁਜ਼ਾਰਾ ਗੁਜ਼ਾਰਾ ਕਿਦਾਂ ਹੋਇਆ ਇਸ ਤਰ੍ਹਾਂ ਹੀ ਕਰਦੀਆਂ ਤੇ ਪਤਾ ਨਹੀਂ ਮਿੰਟ ਮਜ਼ਦੂਰ ਕਰਕੇ ਤੇ ਫੇਰ ਖਾਣੀਆਂ ਹੂੰ ਕਹਾਣੀ ਹੈ ਇੱਕ ਤਸਵੀਰ ਉਧਰਲੇ ਬੰਨੇ ਕੈਮਰਾ ਕਹੂੰਗਾ ਕਿ ਉਧਰ ਵੀ ਦਿਖਾ ਦਿਓ ਕਿ ਭੈਣਾਂ ਕੰਮ ਕਰ ਰਹੀਆਂ ਨੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਦੂਰ ਤੱਕ ਤਸਵੀਰ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੇ ਘਰਾਂ ਦੀਆਂ ਮਜਬੂਰੀਆਂ ਨੇ ਕਿਸੇ ਦਾ ਪੁੱਤ ਨਸ਼ਾ ਕਰਦਾ ਕਿਸੇ ਦੀ ਨੂੰਹ ਲੜਦੀ ਹੈ ਉਹ ਪੈਸੇ ਨਹੀਂ ਦਿੰਦੇ ਘਰ ਦੇ ਵਿੱਚ ਵਰਤਣ ਨੂੰ ਤੇ ਮਾਤਾਵਾਂ ਨੇ ਦੱਸਿਆ ਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਜੂੜੇ ਬੈਠੇ ਆ ਤੇ ਕੀ ਇਹਨੇ ਸਾਡੇ ਹਾਲਾਤ ਤੇ ਆਪਾਂ ਕੁਝ ਹੋਰ ਭੈਣਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਉਹਨਾਂ ਕੋਲੋਂ ਵੀ ਜਾਣਦੇ ਇੱਕ ਹੋਰ ਇੱਧਰ ਮਾਤਾ ਜੀ ਕਾਫੀ ਵਡੇਰੀ ਉਮਰ ਦੇ ਨੇ ਮਾਤਾ ਜੀ ਤੁਹਾਡਾ ਕੀ ਨਾਂ ਹੈ ਮੇਰਾ ਨਾਂ ਜਸਵੰਤ ਕੌਰ ਜਸਵੰਤ ਕੌਰ ਹਾਂਜੀ ਤੁਹਾਡੇ ਬੱਚੇ ਕਿੰਨੇ ਆ ਰੋਟੀ ਘਰੋਂ ਮਿਲੇ ਆਪਾਂ ਕਦੀ ਵੀ ਨਾ ਆਈਏ ਘਰੋਂ ਰੋਟੀ ਨੀ ਮਿਲਦੀ ਕੀ ਮਤਲਬ ਕਮਾ ਕੇ ਹੀ ਖਾਣੀ ਆਪਾਂ ਮਿਲਦਾ ਸਹੀ ਜੇ ਘਰੋਂ ਸਹਿੰਦਾ ਤੇ ਬੰਦਾ ਨਾ ਤਰੇ ਜਦੋਂ ਆਪਾਂ ਵੀਰ ਮਿਹਨਤ ਕਰਨੀ ਰੋਟੀ ਖਾਣੀ ਆਪਾਂ ਨਸ਼ੇ ਕਰ ਨਹੀਂ ਕਹਾਣੀ ਹੈ ਬਹੁਤ ਸਾਰੇ ਪਰਿਵਾਰ ਐਸੇ ਨੇ ਜਿਹੜੇ ਨਸ਼ੇ ਦੀ ਲੱਤ ਦੇ ਵਿੱਚ ਰਹਿੰਦੇ ਨੇ ਬੱਚੇ ਆਪ ਮੁੰਡੇ ਆਪ ਨਸ਼ਾ ਕਰੀ ਜਾਂਦੇ ਤੇ ਬਜ਼ੁਰਗ ਮਾਤਾਵਾਂ ਨੂੰ ਕੰਮ ਕਰਨ ਵਾਸਤੇ ਘਲਾ ਦਿੰਦੇ ਆ ਤੇ ਸ਼ਾਇਦ ਏਦਾਂ ਦੀਆਂ ਵੀ ਕਹਾਣੀਆਂ ਹੋਣਗੀਆਂ ਇਹਨਾਂ ਦੀਆਂ ਵੀ ਜਿਹੜੇ ਇੱਥੋਂ ਕਮਾ ਕੇ ਖਾੜਦੀਆਂ ਨੇ ਉਹ ਵੀ ਨਸ਼ੇੜੀ ਪੁੱਤ ਜਿਹੜਾ ਉਹ ਪੱਲੇ ਨਾਲੋਂ ਖੋਲ ਕੇ ਲੈ ਜਾਂਦਾ ਸਾਡੀ ਮਾਤਾ ਨੇ ਵੀ ਸਾਨੂੰ ਬੜੇ ਜੱਬਾਂ ਦੇ ਨਾਲ ਪਾਲਿਆ ਅੱਜ ਪੜ੍ਹੇ ਲਿਖੇ ਆ ਅੱਜ ਆਪਣਾ ਸੁਹਿਰ ਧੋਏ ਆ ਪਰ ਇਹਨਾਂ ਮਾਤਾਵਾਂ ਦਾ ਦੇਣ ਕੌਣ ਦੇਊਗਾ ਯਾਰ ਜਿਹੜੇ ਆਪਣੇ ਪਰਿਵਾਰ ਪਾਲਦੀਆਂ ਨੇ ਬੱਚੇ ਪਾਲਦੀਆਂ ਨੇ ਤੇ ਇੱਕ ਸਰਕਾਰ ਨੂੰ ਵੀ ਸਾਡੀ ਬੇਨਤੀ ਵੀ ਜਿਹੜੇ ਇਸ ਤਰ੍ਹਾਂ ਦੇ ਬਜ਼ੁਰਗ ਨੇ
ਇੱਕ ਵਾਅਦਾ ਕੀਤਾ ਗਿਆ ਸੀ ਕਿ 2500 ਰੁਪਇਆ ਅਸੀਂ ਪੈਨਸ਼ਨ ਦੇਵਾਂਗੇ ਜਿਹੜੇ ਬੁੱਢੇ ਹੋ ਜਾਣਗੇ, ਜਾਂ ਫਿਰ ਇੱਕ ਭਗਵੰਤ ਮਾਨ ਆਉ ਵੀ ਆਪਾਂ ਗੱਲ ਕਰ ਲਈਏ, ਭਗਵੰਤ ਮਾਨ ਸਰਕਾਰ ਨੇ ਇੱਕ ਗੱਲ ਕੀਤੀ ਸੀ ਵੀ 1000 ਰੁਪਇਆ ਅਕਾਊਂਟ ਚ ਪਾਵਾਂਗੇ। ਹਾਂਜੀ ਆਂਦੇ ਸੀ ਪਾਵਾਂਗੇ ਪਰ ਨਹੀਂ ਪਾਏ, ਨਹੀਂ ਪਾਇਆ। ਹਾਂਜੀ ਚਾਹੀਦਾ ਨਾ ਉਹ ਪਾਉਣਾ, ਹਾਂਜੀ ਪਾਉਣਾ ਚਾਹੀਦਾ ਵਾ, ਜੇ ਨਾ ਵੀਰ ਜੀ ਸਾਡੇ ਕੋਲ ਕੰਮ ਹੋਵੇ ਤਾਂ ਅਸੀਂ ਉਹ ਵਿਕ ਕੇ ਖਾ ਸਕਦੇ ਹਾਂ। ਹਾਂਜੀ ਹੁਣ ਕੰਮ ਜੋਗੇ ਤਾਂ ਅਸੀਂ ਨਹੀਂ ਆ, ਤੇ ਚੱਲ ਸਾਨੂੰ 1000 ਰੁਪਇਆ ਪਾਈ ਜਾਣਾ ਦਿਹਾੜੀ ਦੱਪਾ ਕੇ ਮਿਲੂ ਤੇ ਫੇਰ ਹੀ ਕੰਮ ਕਰਨਾ। ਮੇਰਾ ਨਾਂ ਚਰਨਜੀਤ ਕੌਰ। ਕਿਹੜਾ ਪਿੰਡ ਆ ਤੁਹਾਡਾ? ਪਿੰਡ ਠੱਠਾ। ਠੱਠਾ ਪਿੰਡ? ਹਾਂਜੀ। ਕੀ ਮੁਸ਼ਕਲ ਆ ਤੁਹਾਨੂੰ? ਮੈਨੂੰ ਸਰ ਸੁਣਦਾ ਵੀ ਨੀਗਾ, ਕੰਨ ਤੇ ਬੋਲਦਾ ਨੀਗਾ। ਕਹਿੰਦਾ ਕੀ ਮੁਸ਼ਕਲ ਤੁਹਾਨੂੰ? ਮੁਸ਼ਕਲ ਇਹ ਆ ਮੇਰਾ ਬੰਦਾ ਸਿਰ ਤੇ ਨੀਗਾ। ਅੱਛਾ। ਤੇ ਮੈਂ ਨੋ ਪੁੱਤ ਰੋਟੀ ਨਹੀਂ ਦਿੰਦਾ। ਰੋਟੀ ਤੋਂ ਦੋ ਨਿਕੇ ਨਿਕੇ ਪੋਤਰਾ ਪੋਤਰੀ ਆ। ਨੋ ਪੁੱਤ ਰੋਟੀ ਨਹੀਂ ਦਿੰਦਾ? ਤੇ ਉਹ ਵੀਰ ਉਹ ਖੁਦ ਨੇ ਕੰਮ ਕਰਦਾ ਮੁੰਡਾ, ਨਸ਼ਾ ਕਰਦਾ ਵਾ। ਤੇ ਦੋ ਬੱਚੇ ਪੜ੍ਹਾਈ ਲਿਖਾਈ ਦੇ ਖਰਚਾ ਤੇ ਬਹੁਤ ਤੰਗ ਆ। ਤੁਸੀਂ ਜ਼ਿਮੀਂਦਾਰ ਹੋ? ਹਾਂਜੀ। ਪੈਲੀ ਪੂਲੀ ਹੈ ਨੀ ਤੁਹਾਡੀ? ਨਹੀਂ, ਪੈਲੀ ਨਹੀਂ ਹੈਗੀ। ਪੈਲੀ ਕਿੱਧਰ ਗਈ? ਥੋੜਾ ਬਹੁਤ ਹੈਗਾ ਸੀ, ਵੇਚ ਕੇ ਅਸੀਂ ਕੋਠੇ ਕਾਠੇ ਪਾ ਲਿਆ, ਵੇਚ ਕੇ ਕੋਠੇ ਪਾ ਲਿਆ। ਹਾਂਜੀ ਚਲੋ। ਤੇ ਮੈਂ ਸਾਰੇ ਇੱਧਰ ਦੇ ਨਹੀਂ ਕਿ ਮੈਂ ਕਲਕੱਤੇ ਦੀ ਹੈ, ਮੇਰੀ ਨੂੰਹ ਵੀ ਉੱਧਰ ਦੀ ਹੈ। ਅੱਛਾ ਅੱਛਾ। ਹਾਂਜੀ ਚਲੋ ਠੀਕ। ਤੇ ਜ਼ਿਮੀਂਦਾਰ ਨਹੀਂ ਆ? ਆੜੀ। ਹਾਂਜੀ ਤੇ ਇਹਦੇ ਦੋ ਪੋਤਰੇ ਆ, ਇਹ ਉੱਧਰ ਦੇ ਬੰਗਾਲ ਦੇ ਰਹਿਣ ਵਾਲੀਆਂ, ਤੇ ਨਾ ਕੋਈ ਪਾਲੀ ਨਾ ਬੰਨਾ ਨਾ ਕੋਈ ਇਹਨਾਂ ਦਾ ਕੁਛ ਵੀ ਨਹੀਂ, ਇਤਨਾ ਆਪਦੀ ਮਿਹਨਤ ਮਜ਼ਦੂਰੀ ਕਰਕੇ ਤੇ ਖਾਂਦੀ ਆ। ਵੋਟਾਂ ਵਟਾ ਇਧਰੇ ਬਣੀਆਂ ਜੀ? ਹਾਂਜੀ ਇਧਰੇ ਬਣੀਆਂ ਵੋਟਾਂ। ਵੋਟ ਇਧਰੇ ਬਣੀਆਂ? ਹਾਂਜੀ। ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਇਧਰ ਰਹਿੰਦੇ ਨੂੰ? ਇਧਰ ਇਹ ਸ਼ੁਰੂ ਤੋਂ ਜੋ ਜਵਾਨੀ ਵਾਰੇ ਦੀ ਆਈ ਆ। ਜਵਾਨੀ ਵਾਰੇ ਦੀ? ਹਾਂਜੀ। ਤੇ ਹੁਣ ਇਹਨੇ ਨੌਵੀਂ ਆਪਦੀ ਲਿਆਂਦੀ ਇਧਰ। ਇਹਨੂੰ ਸੁਣਦਾ ਵੀ ਨਹੀਂਗਾ? ਨਾ ਸੁਣਦਾ ਵੀ ਨਹੀਂ ਇਹਨੂੰ। ਹਾਂਜੀ। ਤੇ ਇਤਨਾ ਵਿਚਾਰੀ ਆਪਦਾ ਕਰਕੇ ਖਾਂਦੀ ਇਹਨੂੰ ਨਾਲ ਹੀ, ਜਦੋਂ ਮਟਰਾਂ ਨੂੰ ਜਾਂ ਇਤਨਾ ਦਿਹਾੜੀ ਦਾ ਪੇਜ ਜਦੋਂ ਨੂੰ ਅਸੀਂ ਜਾਈਏ ਉਧਰ ਨੂੰ ਸਾਡੇ ਨਾਲ ਵਿਚਾਰੀ ਜਾਂਦੀ ਆ, ਆਪਦਾ ਕਰਕੇ ਖਾਂਦੀ ਆ। ਮੇਰਾ ਬੱਚਾ ਧੀ ਪਤਨੀ ਹੈਗਾ ਤੇ ਅਸੀਂ ਦੋਵੇਂ ਜੀ ਆ, ਤੇ ਕੰਮ ਧੰਦੇ ਤੋਂ ਬਹੁਤ ਤੰਗ ਆ। ਤੇ ਤੁਹਾਡਾ ਘਰ ਵਾਲਾ ਕੀ ਕੰਮ ਕਰਦਾ? ਇਦਾਂ ਦਿਹਾੜੀ ਦਾ ਪਾਈ। ਦਿਹਾੜੀ ਦਾ ਪਾ ਕਰਦਾ? ਅੱਜ ਕਿੱਥੇ? ਅੱਜ ਵੀ ਕਿਤੇ ਗਿਆ ਵਾ ਕੰਮ ਤੇ ਗਿਆ। ਹਾਂਜੀ। ਤੁਸੀਂ ਦੋਵੇਂ ਜੀ ਕੰਮ ਕਰਦੇ? ਹਾਂਜੀ ਦੋਵੇਂ ਜੀ। ਦੋਵੇਂ ਜੀ ਘਰ ਘਰ ਹੈਗਾ? ਹੈਗਾ ਜੀ ਘਰ ਹੈਗਾ। ਹੈਗਾ। ਤੇ ਪੈਨਸ਼ਨ ਮਿਲਦੀ ਸਰਕਾਰ ਉਹ? ਨਹੀਂ ਪੈਨਸ਼ਨ ਨਹੀਂ ਮਿਲਦੀ। ਅੱਛਾ। ਇੱਕ ਆਟਾ ਦਾਲ ਸਕੀਮ ਕੜਤ ਉਹ ਵੀ ਮਿਲਦੀ ਆ? ਹਾਂ ਹੁਣ ਹੈ ਨਹੀਂ ਕਿਤੇ, ਹੁਣ ਮੋਲੀ ਖਾਂਦੇ ਆ। ਮੋਲੀ ਖਾਂਦੇ? ਤੁਸੀਂ ਕੰਮ ਕਰ ਰਹੇ ਹੋ ਤੇ ਬਾਕੀ ਪਰਿਵਾਰ ਮੁੰਡੇ ਮੰਡੇ ਕਿੱਥੇ ਤੁਹਾਡੇ? ਨਹੀਂ ਮੁੰਡੇ ਦੋਵੇਂ ਆ ਤੇ ਅੱਡੋ ਅੱਡੀ ਆ। ਦੋ ਅੱਡੋ ਅੱਡੀ ਉਹ ਨਹੀਂ ਤੇ ਮੈਨੂੰ ਨਸ਼ਾ ਨਸ਼ਾ ਲੱਗਾ। ਉਹਨੂੰ ਮੁੰਡਿਆਂ ਨੂੰ ਨਸ਼ਾ ਲੱਗਾ? ਨਹੀਂ ਨਹੀਂ ਮੈਨੂੰ ਲੱਗਾ। ਤੁਹਾਨੂੰ ਲੱਗਾ? ਹਾਂ। ਕੀ ਨਸ਼ਾ ਕਰਦੇ ਹੋ? ਪੋਸਤ ਖਾਣਾ। ਪੋਸਤ ਖਾਂਦੇ ਹੋ? ਚਲੋ। ਉਹ ਮੰਡੀ ਮੁੰਡੀ ਚ ਕੰਮ ਕਰਦੇ ਤੇ ਉੱਥੇ ਸੱਟ ਲੱਗ ਗਈ। ਅੱਛਾ ਅੱਛਾ। ਮੁਰਕੇ ਹੋਇਆ ਨਹੀਂ ਕੰਮ ਤੇ ਮੈਂ ਕੱਢਤਾ ਨਾ ਕੋਈ ਮਿਲਿਆ ਨਾ। ਦੋਸਤੋ ਇਹ ਘਰ ਘਰ ਦੀ ਕਹਾਣੀ ਹੈ, ਜੇ ਸਰਕਾਰਾਂ ਸਾਡੀਆਂ ਸੁਹਿਰਦ ਆਉਣ, ਜਿਵੇਂ 2500 ਰੁਪਇਆ ਪੈਨਸ਼ਨ ਦਾ ਵਾਅਦਾ ਸੀ ਜਾਂ ਇਹਨਾਂ ਨੂੰ 1000 ਰੁਪਇਆ ਬਜ਼ੁਰਗ ਮਾਤਾ, ਮੈਂ ਕਹਿੰਦਾ ਵੀ ਉਹ ਇੱਕ ਬਣ ਜਾਵੇ, ਮੈਰਿਟ ਬਣ ਜਾਵੇ, ਜਿਸ ਤਰ੍ਹਾਂ ਹੁਣ ਜਿਹੜੀਆਂ 60 ਸਾਲ ਤੋਂ ਉਮਰ ਦੀਆਂ ਵੱਡੀਆਂ ਮਾਤਾਵਾਂ ਨੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇ, ਫਿਰ ਉਸ ਤੋਂ ਬਾਅਦ ਜਿਹੜੀਆਂ ਘਰੇਲੂ ਔਰਤਾਂ ਨੇ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਜਾਵੇ, ਇਸ ਤਰ੍ਹਾਂ ਵਾਰੀ ਵਾਰੀ ਹਰ ਇੱਕ ਤਰੀਕੇ ਦੇ ਨਾਲ ਇਸ ਕੰਮ ਨੂੰ ਜਿਹੜਾ ਜੇ ਵਾਅਦਾ ਕੀਤਾ ਸੀ ਤਾਂ ਉਹਨੂੰ ਪੂਰਾ ਵੀ ਕਰਨਾ ਚਾਹੀਦਾ। ਇਹ ਬਜ਼ੁਰਗ ਮਾਤਾਵਾਂ ਜਿਹੜੀਆਂ ਲਗਭਗ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਨੇ ਤੇ ਅੱਜ ਮਨਰੇਗਾ ਦੀ ਦਿਹਾੜੀ ਕਰਨੀਆਂ ਨੇ, ਕਾਰਨ ਜ਼ਿਆਦਾ ਨਸ਼ੇ ਦਾ, ਮੁੰਡੇ ਨਸ਼ਾ ਕਰੀ ਜਾਂਦੇ ਆ ਤੇ ਬਜ਼ੁਰਗ ਮਾਤਾਵਾਂ ਜਿਹੜੀਆਂ ਉਹਨਾਂ ਨੂੰ
ਕੰਮ ਕਾਰ ਵਾਸਤੇ ਸੜਕਾਂ 'ਤੇ ਰੁਲਣਾ ਪੈ ਰਿਹਾ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਧੰਨਵਾਦ।